ਸਨ 47 ਤੋਂ ਪਹਿਲਾਂ ਰਾਵਲਪਿੰਡੀ ਵਿੱਚ ਹਰ ਮਜ਼ਹਬ ਦੇ ਲੋਕੀ ਰਹਿੰਦੇ ਸੀ, ਜਿਹਦੇ ਵਿੱਚ ਮੁਸਲਮਾਨ, ਹਿੰਦੂ ਤੇ ਸਿੱਖ ਮਜ਼ਹਬ ਦੇ ਲੋਕੀ ਸੀ, ਜਦਕਿ ਜੈਨਮਤ, ਈਸਾਈ ਤੇ ਪਾਰਸੀ ਵੀ ਪਿੰਡੀ ਦੇ ਵਾਸੀ ਸੀ। ਵੰਡ ਤੋਂ ਬਾਅਦ ਹਿੰਦੂ, ਜੈਨਮਤ ਤੇ ਸਿੱਖ ਭਾਰਤ ਟੁਰ ਗਏ, ਜਦਕਿ ਬਾਕੀ ਮਜ਼ਹਬ ਦੇ ਮੰਨਣ ਵਾਲੇ ਇੱਥੇ ਹੀ ਰਹਿ ਗਏ। ਅੱਜ ਵੀ ਪਿੰਡੀ ਸ਼ਹਿਰ ਵਿੱਚ ਹਿੰਦੂ, ਜੈਨਮਤ ਤੇ ਸਿੱਖਾਂ ਦੇ ਵੇਲੇ ਦੀਆਂ ਇਮਾਰਤਾਂ ਜਗ੍ਹਾ ਜਗ੍ਹਾ ਬਣੀਆਂ ਹੋਈਆਂ ਨੇ, ਜਦਕਿ ਕਈ ਮੰਦਰ ਤੇ ਗੁਰਦੁਆਰੇ ਅੱਜ ਵੀ ਇੱਥੇ ਮੌਜੂਦ ਨੇ। ਅੱਜ ਅਸੀਂ ਤੁਹਾਨੂੰ ਰਾਵਲਪਿੰਡੀ ਦੇ ਇਲਾਕੇ ਭਾਪੜਾ ਬਾਜ਼ਾਰ ਵਿੱਚ ਮੌਜੂਦ ਇੱਕ ਗੁਰਦੁਆਰੇ ਦੇ ਦਰਸ਼ਨ ਕਰਾਉਂਦੇ ਹਾਂ। ਤਮਾਮ ਦੇਖਣੇ ਵਾਲਿਆਂ ਨੂੰ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਤੇ। ਅੱਜ ਫਿਰ ਰੰਗਲਾ ਪੰਜਾਬ ਦੀ ਟੀਮ ਇੱਕ ਨਵੀਂ ਜਗ੍ਹਾ 'ਤੇ ਤੁਹਾਡੇ ਲਈ ਹਾਜ਼ਰ ਹੋਈ ਹੈ। ਮੇਰੇ ਪਿੱਛੇ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ, ਇਹ ਹੈ ਬਾਰਾਦਰੀ ਗੁਰਦੁਆਰਾ। ਇਹਦੀ ਤਾਰੀਖ ਦੇ ਬਾਰੇ ਤਾਂ ਇਤਨਾ ਜ਼ਿਆਦਾ ਮਾਲੂਮ ਨਹੀਂ, ਲੇਕਿਨ ਇਹ ਗੱਲ ਵਸੂਕ ਨਾਲ ਕੀਤੀ ਜਾ ਸਕਦੀ ਹੈ ਕਿ ਇਹ ਗੁਰਦੁਆਰਾ ਜਿਹੜਾ ਹੈ, ਇਹ ਸਰਦਾਰ ਸੁਜਾਨ ਸਿੰਘ ਜਾਂ ਉਹਨਾਂ ਦੀ ਕਿਸੇ ਫੈਮਿਲੀ ਦੇ ਮੈਂਬਰ ਨੇ ਬਣਾਇਆ ਸੀ, ਕਿਉਂਕਿ ਬਿਲਕੁਲ ਇਹ ਉਸਦੇ ਕਰੀਬ ਕਰੀਬ ਹੈ। ਅਤੇ ਇਸ ਹਵਾਲੇ ਨਾਲ ਇਹਦੀ ਜੋ ਸਾਡੇ ਕੋਲ ਜਾਣਕਾਰੀ ਹੈ ਉਹ ਅਸੀਂ ਆਪਣੇ ਅੱਜ ਨਾਜ਼ਰੀਨ ਨੂੰ ਦੱਸਾਂਗੇ। ਆਓ ਸਾਡੇ ਨਾਲ, ਤੁਸੀਂ ਰੰਗਲਾ ਪੰਜਾਬ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਅਸੀਂ ਤੁਹਾਨੂੰ ਇਸ ਗੁਰਦੁਆਰੇ ਦੀ ਸੈਰ ਕਰਾਉਂਦੇ ਹਾਂ। ਪਾਪੜਾ ਬਾਜ਼ਾਰ ਦੀਆਂ ਤੰਗ ਗਲੀਆਂ ਵਿੱਚ ਬਣੇ ਇਸ ਗੁਰਦੁਆਰੇ ਦੇ ਬਾਰੇ ਵਿੱਚ ਇਹ ਤੇ ਪਤਾ ਨਹੀਂ ਕਿ ਇਹ ਕਦੋਂ ਬਣਿਆ ਸੀ ਤੇ ਕਿੰਨੇ ਬਣਵਾਇਆ ਸੀ, ਲੇਕਿਨ ਪਿੰਡੀ ਦੇ ਪੁਰਾਣੇ ਲੋਕਾਂ ਦਾ ਖਿਆਲ ਹੈ ਕਿ ਇਸ ਗੁਰਦੁਆਰੇ ਨੂੰ ਰਈਸੇ ਰਾਵਲਪਿੰਡੀ ਸੁਜਾਨ ਸਿੰਘ ਦੇ ਖਾਨਦਾਨ ਦੇ ਕਿਸੇ ਬੰਦੇ ਨੇ ਬਣਵਾਇਆ ਸੀ। ਇਸ ਗੁਰਦੁਆਰੇ ਦੇ ਅੰਦਰ ਤੇ ਬਾਹਰ ਗੁਰੂਮੱਖੀ ਦੇ ਨਾਲ ਇਹਦਾ ਨਾਮ ਬਾਰਾਂਦਰੀ ਗੁਰਦੁਆਰਾ ਲਿਖਿਆ ਹੋਇਆ ਹੈ। ਬਾਹਰ ਗਲੀ ਵਾਲੇ ਪਾਸੋਂ ਇਹ ਗੁਰਦੁਆਰਾ 2 ਮੰਜ਼ਿਲ ਬਣਿਆ ਹੋਇਆ ਹੈ, ਜਦਕਿ ਗਲੀ ਵਾਲੇ ਪਾਸੇ ਇੱਕ ਬਹੁਤ ਵੱਡਾ ਦਰਵਾਜ਼ਾ ਖੁੱਲਦਾ ਹੈ। ਜੇ ਅਸੀਂ ਇਸ ਗੁਰਦੁਆਰੇ ਦੇ ਅੰਦਰ ਜਾਈਏ ਤੇ ਅੰਦਰ ਬਹੁਤ ਵੱਡਾ ਵਿਹੜਾ ਹੁੰਦਾ ਸੀ, ਜਿੱਥੇ ਹੁਣ ਲੋਕਾਂ ਨੇ ਘਰ ਬਣਾ ਲਏ ਨੇ। ਗੁਰਦੁਆਰੇ ਦੇ ਅੰਦਰ ਇੱਕ ਬੜਾ ਵੱਡਾ ਹਾਲ ਸੀ ਤੇ ਇਸ ਹਾਲ ਦੇ ਉੱਤੇ ਨਿਸ਼ਾਨ ਸਾਹਿਬ ਵਾਸਤੇ ਜਗ੍ਹਾ ਅੱਜ ਵੀ ਮੌਜੂਦ ਹੈ। ਇਹ ਗੁਰਦੁਆਰਾ ਕਿਸੇ ਘਰ ਵਾਂਗੂ ਬਣਿਆ ਹੈ, ਕਿਉਂਕਿ ਇਹਦੇ ਵਿੱਚ ਸਾਨੂੰ ਦੂਜੇ ਗੁਰਦੁਆਰਿਆਂ ਦੀ ਤਰ੍ਹਾਂ ਗੁੰਬਦ ਨਜ਼ਰ ਨਹੀਂ ਆਉਂਦੇ। ਜੇ ਹੁਣ ਅਸੀਂ ਇਹਦੇ ਹਾਲ ਵਿੱਚ ਜਾਈਏ ਤੇ ਲੋਕਾਂ ਨੇ ਕੰਧਾਂ ਖੜੀਆਂ ਕਰਕੇ ਇਹਦੇ ਵਿੱਚ ਘਰ ਬਣਾ ਲਏ ਨੇ। ਇਸ ਹਾਲ ਦੇ ਵਿੱਚ ਹੀ ਮੰਜੀ ਸਾਹਿਬ ਵੀ ਹੁੰਦੀ ਸੀ ਤੇ ਇੱਥੇ ਕਦੀ ਗੁਰੂ ਗ੍ਰੰਥ ਰੱਖ ਕੇ ਇਬਾਦਤ ਕੀਤੀ ਜਾਂਦੀ ਸੀ, ਲੇਕਿਨ ਹੁਣ ਇਸ ਗੁਰਦੁਆਰੇ ਦੇ ਵੱਡੇ ਹਾਲ ਵਿੱਚ ਕਈ ਖਾਨਦਾਨ ਆਬਾਦ ਨੇ। ਇਹ ਕਸ਼ਮੀਰੀ ਮੁਹਾਜਰ ਨੇ ਜਿਹੜੇ ਕਿ ਵੰਡ ਤੋਂ ਬਾਅਦ ਸਰਕਾਰ ਨੇ ਇੱਥੇ ਆਬਾਦ ਕਰ ਦਿੱਤੇ ਸੀ, ਤੇ ਹੁਣ ਕੋਈ 10 ਤੋਂ 15 ਖਾਨਦਾਨ ਇਸ ਗੁਰਦੁਆਰੇ ਦੇ ਵਿੱਚ ਰਹਿੰਦੇ ਨੇ। ਇੱਥੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਹੁਣ ਇਹ ਗੁਰਦੁਆਰਾ ਅੱਛੀ ਹਾਲਤ ਵਿੱਚ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਰਹਿਣ ਵਾਲਿਆਂ ਦਾ ਬੰਦੋਬਸਤ ਕਿਸੇ ਹੋਰ ਜਗ੍ਹਾ ਤੇ ਕਰਕੇ ਇਸ ਗੁਰਦੁਆਰੇ ਨੂੰ ਆਪਣੀ ਅਸਲ ਸ਼ਕਲ ਵਿੱਚ ਲਿਆਂਦਾ ਜਾਵੇ, ਕਿਉਂਕਿ ਇਹ ਸਾਡਾ ਵਿਰਸਾ ਹੈ ਤੇ ਸਾਨੂੰ ਆਪਣੇ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ। ਵੇਲੇ ਦੇ ਨਾਲ ਨਾਲ ਇਹ ਗੁਰਦੁਆਰਾ ਵੀ ਸੰਭਾਲ ਨਾ ਹੋਣ ਦੀ ਵਜ੍ਹਾ ਤੋਂ ਆਪਣਾ ਨਿਸ਼ਾਨ ਛੱਡ ਜਾਵੇਗਾ, ਪਰ ਆਉਣ ਵਾਲੀਆਂ ਨਸਲਾਂ ਨੂੰ ਪੰਜਾਬ ਦੀ ਵੰਡ ਯਾਦ ਕਰਵਾਉਂਦਾ ਰਹੇਗਾ।